मोगा जिला दे पिंड रतिया तो बलात्कार कर तस्वीर वायरल कर पिस्तौल दी नोक ते इज्जत लुटन दे एक महिला वालों दोष लगाए गए, जिसनू लैके पुलिस एक महीने तो जांच कर रही है, जबकि इस मामले दी जांच नहीं सीधा परचा दर्ज होना सी। पीड़ित महिला ने दोष लाए कि मनप्रीत मनी 2 साल तो उसकी पत लुटदा आ रहा है। इस दे नाल ही उसने दसिया कि उस वलो नर्स दियां बार बार मिन्नतां करन दे बावजूद भी नर्स ने उसनू बेहोश कर उसका गर्भपात कर दिता। ਸਾਡੇ ਪਿੰਡ ਦਾ ਮਨਦੀਪ ਸਿੰਘ ਸੀਗਾ, ਸਨ ਆਫ ਰਜਿੰਦਰ ਸਿੰਘ, ਉਹਨਾਂ ਨੇ ਮੇਰਾ ਘਰ ਪੱਟਿਆ ਅਤੇ ਮੇਰਾ ਅਬੋਰਸ਼ਨ ਕਰਵਾਇਆ, ਮੇਰੀਆਂ ਫੋਟੋਆਂ ਲੀਕ ਕੀਤੀਆਂ ਇਸ ਥਾਣੇ 'ਚ। ਮੈਨੂੰ ਮਹੀਨਾ ਹੋ ਗਿਆ ਆਉਂਦਿਆਂ ਨੂੰ, ਡਾਕਟਰ ਰਜਿੰਦਰ ਸਿੰਘ ਨੇ 10 ਦਿਨ ਲਏ ਸੀਗੇ, 10 ਦਿਨਾਂ ਤੋਂ ਅੱਜ ਪੂਰਾ ਮਹੀਨਾ ਹੋ ਗਿਆ, ਕੋਈ ਕਾਰਵਾਈ ਨਹੀਂ ਹੋਈ, ਕੋਈ ਸੁਣਵਾਈ ਨਹੀਂ ਹੋਈ। ਅੱਜ ਤੁਸੀਂ ਆਏ ਹਾਂ, ਅੱਜ ਕਹਿੰਦੇ ਹਾਂ ਵੀ ਅਸੀਂ ਕੁਛ ਕਰਦੇ ਹਾਂ, ਲੱਗਦਾ ਵੀ ਤੁਹਾਡੇ ਆਉਣ ਨਾਲ ਇਹਨਾਂ 'ਤੇ ਪ੍ਰੈਸ਼ਰ ਪਿਆ ਹੈ। ਕਿਵੇਂ ਕੋਈ ਤੁਹਾਨੂੰ ਜਿਹੜਾ ਹੈਗਾ ਪਹਿਲਾਂ ਭਰੋਸਾ ਇਹਨਾਂ ਨੇ ਦਿੱਤਾ ਸੀ ਵੀ ਕਾਰਵਾਈ ਕਰਾਂਗੇ ਕਿ ਲਟਕਾਈ ਤੁਰੇ ਹੋ? ਲਟਕਾਈ ਤੁਰੇ ਆਏ, ਸਾਨੂੰ ਪੂਰਾ ਮਹੀਨਾ ਹੀ ਹੋ ਗਿਆ। ਠੀਕ ਹੈ, ਜਿਹੜਾ ਉਹ ਮੁੰਡਾ ਹੈ ਉਹਨੇ ਤੁਹਾਡੇ ਨਾਲ ਸਰੀਰਕ ਸੰਬੰਧ ਵੀ ਬਣਾਇਆ? ਹਾਂਜੀ, ਸਰੀਰਕ ਸੰਬੰਧ ਬਣਾਏ, ਮੇਰੀਆਂ ਫੋਟੋਆਂ ਵੀ ਬਹੁਤ ਲੀਕ ਕੀਤੀਆਂ, ਮੇਰੇ 4 ਵਾਰੀ 3 ਵਾਰੀ ਮੈਨੂੰ ਕਿੱਟਾ ਹੋਈਆਂ, 4ਥੀ ਵਾਰੀ ਮੇਰਾ ਅਬੋਰਸ਼ਨ ਕਰਵਾਇਆ। ਅੱਛਾ, ਧੱਕੇ ਨਾਲ? ਹਾਂਜੀ ਹਾਂਜੀ, ਧੱਕੇ ਨਾਲ ਅਬੋਰਸ਼ਨ ਕਰਵਾਇਆ। ਠੀਕ ਹੈ, ਤੇ ਹੋਰ ਜਿਹੜਾ ਹੈਗਾ ਪੁਲਿਸ ਤੋਂ ਕੀ ਮੰਗ ਕਰਦੇ ਆ ਤੁਸੀਂ? ਉਹਦੇ ਨਾਲ ਮੈਰਿਜ ਕਰਾਉਣੀ ਚਾਹੁੰਦੇ ਸੀ? ਨਹੀਂ ਨਹੀਂ, ਮੈਨੂੰ ਤਾਂ ਕਾਨੂੰਨੀ ਕਾਰਵਾਈ ਚਾਹੀਦੀ, ਸਖਤ ਤੋਂ ਸਖਤ ਚਾਹੀਦੀ ਹੈ। ਅੱਛਾ, ਹਾਂਜੀ ਪਰਚਾ ਦਰਜ? ਹਾਂਜੀ, ਪਰਚਾ ਦਰਜ ਕਰਾਉਣਾ ਚਾਹੁੰਦੀ ਹਾਂ ਮੈਂ ਤਾਂ। ਠੀਕ ਹੈ, ਹਾਂਜੀ, ਕੱਲ ਨੂੰ ਪਤਾ ਲੱਗ ਜੇ ਕਿਸੇ ਦਾ ਘਰ ਪੱਟਣ ਤੋਂ ਪਹਿਲਾਂ, ਹਰ ਇੱਕ ਕੋਈ 20 ਵਾਰੀ ਸੋਚੇ, 1000 ਵਾਰੀ ਸੋਚੇ ਵੀ ਕਿਦਾ ਘਰ ਪੱਟਣ ਕਿਵੇਂ ਪੱਟੀ ਦਾ ਹੁੰਦਾ। ਇਹ ਜਿਹੜਾ ਮੁੰਡਾ ਸੀ ਤੁਹਾਡੀ ਰਜਾਮੰਦੀ ਨਾਲ ਆਉਂਦਾ ਸੀ? ਨਹੀਂ ਤਾਂ ਇਹ ਮੇਰੇ ਕੋਲ ਬਲੈਕਮੇਲ ਕਰਦਾ ਸੀ ਮੈਨੂੰ ਫੋਟੋਆਂ ਦਾ, ਵੀ ਕਹਿੰਦਾ ਤੇਰੇ ਕੋਲ ਫੋਟੋਆਂ ਪਈਆਂ, ਪਹਿਲਾਂ ਫੋਟੋਆਂ ਤੋਂ ਗੱਲ ਚੱਲੀ, ਫਿਰ ਇਹਦੇ ਕੋਲ ਪਿਸਤੌਲ ਹੈ, ਮੈਨੂੰ ਕਹਿਣ 'ਚ ਕੋਈ ਉਹ ਨਹੀਂ ਹੈਗਾ ਇਹਦੇ ਕੋਲ ਪਿਸਤੌਲ ਹੈ, ਕਿਉਂਕਿ ਇਹਦੇ ਬਾਪ ਦਾ ਇਹਦੇ ਤੋਂ ਪੂਰਾ 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 ਯੋਗਦਾਨ ਹੈ, ਪਿਓ ਦਾ ਵੀ, ਪੂਰੀ ਫੈਮਿਲੀ ਦਾ ਹੀ। ਤੁਸੀਂ ਕਿਹਦੇ ਕਿਹਦੇ ਤੇ ਪਰਚਾ ਦਰਜ ਕਰਾਉਣਾ ਚਾਹੁੰਦੇ? ਮੈਂ ਮਨਦੀਪ ਸਿੰਘ ਤੇ ਡਾਕਟਰ ਰਜਿੰਦਰ ਸਿੰਘ ਦੇ ਨਾਮ। ਰਜਿੰਦਰ ਸਿੰਘ ਕੌਣ ਹੈ ਇਹ? ਇਹ ਮਨਦੀਪ ਸਿੰਘ ਦੇ ਫਾਦਰ। ਅੱਛਾ, ਉਹਦਾ ਨਾਮ? ਹਾਂਜੀ। ਹੁਣ ਪੁਲਿਸ ਨੇ ਕਿਹਾ ਦੋਹਾਂ ਤੇ ਪਰਚਾ ਦੇ ਦਿੱਤਾ? ਹਾਂਜੀ, ਉਹਨਾਂ ਨੇ ਕਿਹਾ। ਇਸ ਸੰਬੰਧੀ ਸਾਬਕਾ ਸਰਪੰਚ ਪ੍ਰੀਤਮ ਸਿੰਘ ਨੇ ਦੱਸਿਆ ਕਿ ਇਸ ਲੜਕੀ ਨਾਲ ਬਹੁਤ ਧੱਕਾ ਹੋਇਆ, ਫੋਟੋ ਵਾਇਰਲ ਹੋਣ ਤੋਂ ਬਾਅਦ ਮਾਂ ਬਾਪ ਅਤੇ ਪਤੀ ਨੇ ਵੀ ਇਸ ਨੂੰ ਘਰੋਂ ਬਾਹਰ ਕੱਢ ਦਿੱਤਾ, ਜਿਨ੍ਹਾਂ ਵੱਲੋਂ ਬੇਸਹਾਰਾ ਸਮਝ ਕੇ ਮਹਿਲਾ ਨੂੰ ਪਨਾਹ ਦਿੱਤੀ ਗਈ ਅਤੇ ਕਿਹਾ ਕਿ ਜਿੰਨਾ ਵੀ ਹੋ ਸਕਿਆ ਉਹ ਪੀੜਤ ਮਹਿਲਾ ਦੀ ਮਦਦ ਕਰਨਗੇ ਅਤੇ ਇਨਸਾਫ ਦਿਵਾਉਣਗੇ। ਇਸ ਦੇ ਨਾਲ ਹੀ ਉਹਨਾਂ ਇਹ ਵੀ ਦੋਸ਼ ਲਾਏ ਕਿ ਉਕਤ ਦੋਸ਼ੀ ਅਤੇ ਉਸਦਾ ਪਿਤਾ ਕਾਂਗਰਸ ਪਾਰਟੀ ਨਾਲ ਸੰਬੰਧਿਤ ਹੋਣ ਕਰਕੇ ਇਸ ਲੜਕੀ ਦੀ ਸੁਣਵਾਈ ਨਹੀਂ ਹੋ ਰਹੀ, ਜੋ ਕਿ 1 ਮਹੀਨੇ ਤੋਂ ਭਟਕ ਰਹੀ ਹੈ ਅਤੇ ਦਰ ਦਰ ਤੇ ਪ੍ਰਸ਼ਾਸਨ ਦੇ ਹਾੜੇ ਕੱਢ ਰਹੀ ਹੈ, ਜਿਸ ਨੂੰ ਲੈ ਕੇ ਉਹਨਾਂ ਮੰਗ ਕੀਤੀ ਕਿ ਅਜਿਹੇ ਦਰਿੰਦਿਆਂ ਤੇ ਸਖਤ ਕਾਰਵਾਈ ਕੀਤੀ ਜਾਵੇ। ਇਹਦਾ ਕੋਈ ਐਂ ਬਸ ਹੋਗਾ ਕਿ ਰਿਲੇਸ਼ਨ ਨੂੰ ਕਿਸੇ ਨੇ ਗਲਤ ਤੋਂ ਤੇ ਉਹ ਮੁੰਡਾ ਆਉਂਦਾ ਜਾਂਦਾ ਰਿਹਾ ਤੇ ਹੁਣ ਇਹਨੂੰ ਦੋ ਬਸ ਨੇ ਕੱਢਤੀ, ਸਹੁਰਿਆਂ ਨੂੰ ਤਾਂ ਤਲਾਕ ਲੈ ਲਿਆ ਅਤੇ ਉਹ ਮੁੰਡੇ ਨੇ ਵੀ ਹੁਣ ਧੱਕਾ ਕਰਤਾ ਇਹਦੇ ਨਾਲ ਇਹ ਹੱਥੀ। ਇਹ ਲਵਾਰਸਾ ਨਾ ਇਹਦਾ ਮਾਂ ਨਾ ਪਿਓ ਆ, ਅੱਗਾਂ ਨਹੀਂ ਪਿੱਛਾ ਨਹੀਂ, ਅਤੇ ਅਸੀਂ ਸਾਬਕਾ ਸਰਪੰਚ ਹੋਣ ਕਰਕੇ ਸਾਡੇ ਕੋਲ ਆ ਗਈ ਅਤੇ ਵੀ ਅਸੀਂ ਇਹਨੂੰ ਪਨਾਹ ਦੇਤੀ ਹੈ, ਥਾਣੇ ਜਾਂਦੇ ਹਾਂ, ਥਾਣੇ ਵਾਲੇ ਨਹੀਂ ਸੁਣਦੇ ਅਤੇ ਨਾ ਕੋਈ ਉਹਨਾਂ ਦਾ ਆਇਆ ਘਰਦਾ ਵੀ ਸਾਡੇ ਨਾਲ ਕੋਈ ਸਮਝੌਤਾ ਕਰਨ ਅਤੇ ਹੁਣ 25-26 ਦਿਨ ਹੋ ਗਏ ਸਾਡੇ ਘਰੇ ਬੈਠੇ। ਇਹ ਲੜਕਾ ਕਿੱਥੋਂ ਦਾ ਜੀ? ਇਹ ਲੜਕਾ ਸਾਡੇ ਪਿੰਡ ਦਾ ਜੀ। ਕੀ ਨਾਮ ਕੀ ਹੈ ਜੀ? ਮਨਦੀਪ ਸਿੰਘ ਮਣੀ। ਅੱਛਾ, ਤੇ ਸਨ ਆਫ ਰਜਿੰਦਰ ਸਿੰਘ, ਡਾਕਟਰ ਰਜਿੰਦਰ ਸਿੰਘ। ਅੱਛਾ, ਇਸੇ ਪਿੰਡ ਦੇ ਹੀ ਰਹਿਣ ਵਾਲਾ? ਹਾਂਜੀ, ਇਸੇ ਪਿੰਡ ਦੇ ਰਹਿਣ ਵਾਲੇ। ਕਿੰਨਾ ਕੁ ਚਿਰ ਇਹਨਾਂ ਦੇ ਸੰਬੰਧ ਤੁਹਾਨੂੰ ਧਿਆਨ 'ਚ ਦੱਸਿਆ ਜੀ? ਕੁੜੀ ਦਾ ਅੱਜ ਵੀ 2 ਸਾਲ ਹੋ ਗਏ। ਅੱਛਾ, ਤੇ ਹੁਣ ਤਾਂ ਫਿਰ ਜਮ੍ਹਾਂ ਹੀ ਐਂਡ ਕਰਤੇ ਇਹਨਾਂ ਨੂੰ। ਸਰਪੰਚ ਸਾਹਿਬ, ਜਿਹੜੀ ਕੁੜੀ ਸੀਗੀ ਇਹਦਾ ਪਤੀ ਕਿੱਥੇ ਰਹਿੰਦਾ ਸੀ? ਇਹਦਾ ਪਤੀ ਕਵੈਤ ਗਿਆ ਹੋਇਆ ਸੀਗਾ ਜੀ। ਅੱਛਾ, ਹੁਣ ਉਹ ਵੀ ਨਹੀਂ ਰੱਖ ਰਹੇ ਜੀ ਇਹਨੂੰ? ਉਹਨਾਂ ਦੇ ਨਾਲ ਉਹਨਾਂ ਨੇ ਕਹਿ ਕੇ ਅਤੇ ਤਲਾਕ ਦਵਾਤੀ ਪੰਚਾਇਤ 'ਚ। ਅੱਛਾ, ਅਤੇ ਉਸ ਤੋਂ ਬਾਅਦ 20-25 ਦਿਨਾਂ ਬਾਅਦ ਮੁੜ ਕੇ ਇਹਨਾਂ ਨੇ ਆਪ ਵੀ ਵਿਆਹ ਤੀ। ਅੱਛਾ ਜੀ, ਹੁਣ ਇੱਥੇ ਲਵਾਰਸੀ ਆ ਤੁਹਾਡੇ ਕੋਲ? ਹਾਂਜੀ, ਲਵਾਰਸੀ ਆ, ਕੋਈ ਨਿਬੜੂ ਦੇ ਫੇਰੇ ਕੋਈ ਇਹਦਾ ਕਰਾਉਣਾ ਜੀ? ਬੱਚੇ ਕਿੰਨੇ ਆ ਜੀ ਇਹਦੇ? 3 ਬੱਚੇ ਆ ਜੀ। ਬੱਚੇ ਕਿੱਥੇ ਆ ਜੀ? ਬੱਚੇ ਆਪਦੇ ਡੈਡੀ ਕੋਲ ਹੀ ਹੈ। ਠੀਕ ਆ। ਜਦੋਂ ਇਸ ਸੰਬੰਧੀ SHO ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਜੇ ਕਾਰਵਾਈ ਨਹੀਂ ਹੋਈ, ਜਦ ਕਾਰਵਾਈ ਹੋਵੇਗੀ ਤਾਂ ਹੀ ਉਹ ਜਾਣਕਾਰੀ ਦੇਣਗੇ। ਪਰ ਉਧਰ ਜਦੋਂ DSP ਬਰਜਿੰਦਰ ਸਿੰਘ ਭੁੱਲਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਅੱਜ ਹੀ ਉਹਨਾਂ ਦੇ ਧਿਆਨ ਵਿੱਚ ਆਇਆ ਹੈ, ਜਿਸ ਨੂੰ ਲੈ ਕੇ ਉਹਨਾਂ ਵੱਲੋਂ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ। ਤੁਹਾਡੇ ਸ਼ਹਿਰ ਫਗਵਾੜਾ ਦਾ ਬੈਸਟ ਡੀਲ ਵਿਚ ਵਰਡ ਇਲੈਕਟ੍ਰੋਨਿਕ ਸਟੋਰ, ਜਿੱਥੋਂ ਤੁਸੀਂ ਇੱਕੋ ਛੱਤ ਹੇਠੋਂ ਖਰੀਦ ਸਕਦੇ ਹੋ, ਜਿਵੇਂ ਮੋਬਾਈਲ, ਲੈਪਟਾਪ, ਕੰਪਿਊਟਰ, ਗੀਜ਼ਰ, LED, ਰੈਫਰੀਜਰੇਟਰ, AC, ਵਾਸ਼ਿੰਗ ਮਸ਼ੀਨ, ਮਾਈਕ੍ਰੋਵੇਵ ਤੇ CCTV ਕੈਮਰਾਸ। ਇੱਥੋਂ ਤੁਸੀਂ ਸੈਮਸੰਗ, ਐਪਲ, MI, ਰੀਅਲਮੀ, ਵੀਵੋ ਤੇ ਓਪੋ ਕੰਪਨੀ ਦੇ ਮੋਬਾਈਲ ਤੇ ਨਾਲ ਹੀ ਏਸਰ, ਡੈੱਲ, HP, ਲੈਨੋਵੋ ਤੇ ਐਪਲ ਕੰਪਨੀ ਦੇ ਲੈਪਟਾਪ ਲੈ ਸਕਦੇ ਹੋ। ਵਿਚ ਵਰਡ ਵਿਖੇ MRP ਤੋਂ ਵੀ ਘੱਟ ਰੇਟ ਤੇ ਸਮਾਨ ਵੇਚਿਆ ਜਾਂਦਾ ਹੈ, ਤਾਂ ਫਿਰ ਦੇਰ ਕਿਉਂ? ਅੱਜ ਹੀ ਆਪਣਾ ਆਧਾਰ ਕਾਰਡ ਲਿਆਓ ਤੇ ਆਸਾਨ ਕਿਸ਼ਤਾਂ ਤੇ ਕੋਈ ਵੀ ਸਮਾਨ ਲੈ ਜਾਓ।
पता नोट करो, विच वर्ड सराय रोड फगवाड़ा, फोन नंबर 94469-99-899, 95-928-99-900।